ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਕੱਲ੍ਹ ਆਪਾਂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਭਰਾ ਦਾ ਪੁੱਤਰ ਭਾਈ ਸਾਵਨ ਮੱਲ ਜੀ ਨੂੰ ਕਰਾਮਾਤੀ ਰੁਮਾਲ ਦੇ ਕੇ ਹਰੀਪੁਰ ਭੇਜਣ ਦਾ ਪ੍ਰਸੰਗ ਸਰਵਣ ਕੀਤਾ। ਅੱਜ ਉਸ ਦਾ ਦੂਸਰਾ ਪਾਠ ਭਾਵ ਅਧਿਆਇ 32 ਸਰਵਣ ਕਰਨ ਲੱਗੇ ਹਾਂ ਜੀ। ਪਿਆਰ ਨਾਲ ਸਾਰੀ ਸੰਗਤ ਸਰਵਣ ਕਰੋ ਜੀ। ਰਾਜੇ ਨੇ ਸਿੱਖ ਹੋਣਾ ਲੱਕੜਾਂ ਭੇਜਣੀਆਂ। ਸਾਰਿਆਂ ਦੇ ਘਰਾਂ ਵਿੱਚ ਵੱਡਾ ਆਨੰਦ ਛਾ ਗਿਆ ਅਤੇ ਅਨੇਕ ਪ੍ਰਕਾਰ ਦੇ ਮੰਗਲ ਗਾਉਣ ਲੱਗੇ। ਰਾਜੇ ਨੇ ਬਹੁਤ ਵੱਡਾ ਉਤਸ਼ਾਹ ਕੀਤਾ ਅਤੇ ਗਰੀਬਾਂ ਨੂੰ ਬਹੁਤ ਧੰਨ ਦਿੱਤਾ। ਕਿਲ੍ਹੇ ਦੇ ਦਰਵਾਜ਼ੇ ਅੱਗੇ ਛੋਟੇ ਧੌਂਸੇ ਅਤੇ ਬੰਸਰੀਆਂ ਵੱਜਣ ਲੱਗੀਆਂ। ਭੱਟ ਅਤੇ ਕਲੌਂਤ ਮਿੱਠੀਆਂ ਸੁਰਾਂ ਕੱਢ ਕੇ ਗਾ ਰਹੇ ਸਨ ਅਤੇ ਢੋਲ ਰਬਾਬ ਅਤੇ ਸਤਾਰ ਵਜਾ ਰਹੇ ਸਨ। ਪਹਿਲਾਂ ਜਿੱਥੇ ਕਿੱਥੇ ਰੋਣਾ ਧੋਣਾ ਹੋ ਰਿਹਾ ਸੀ, ਹੁਣ ਉੱਥੇ ਮਹਾਂਮੰਗਲ ਹੋ ਰਿਹਾ ਸੀ। ਰਾਜਾ ਰਾਣੀ ਆਪਣੇ ਵਜ਼ੀਰਾਂ ਸਮੇਤ ਫੌਰਨ ਭਾਈ ਸਾਵਨ ਮੱਲ ਦੇ ਅੱਗੇ ਆਏ, ਹੱਥ ਜੋੜ ਕੇ ਨਜ਼ਰਾਨੇ ਭੇਟ ਕੀਤੇ ਅਤੇ ਗਲ ਵਿੱਚ ਫੁੱਲਾਂ ਦੇ ਹਾਰ ਪਾਏ। ਚਵਰ ਝਲਾਉਂਦੇ ਸਨ, ਸ੍ਰੇਸ਼ਟ ਜਸ ਵਧਾ ਰਹੇ ਸਨ ਅਤੇ ਮੱਥਾ ਪੈਰਾਂ 'ਤੇ ਧਰ ਕੇ ਸੀਸ ਨਿਵਾ ਰਹੇ ਸਨ। ਪਾਲਕੀ ਵਿੱਚ ਬਿਠਾ ਕੇ ਆਪਣੇ ਮਹਿਲਾਂ ਅੰਦਰ ਇੱਕ ਸੁੰਦਰ ਸਥਾਨ 'ਤੇ ਲਿਆਏ। ਬੜੇ ਅਦਬ ਨਾਲ ਉਹਨਾਂ ਨੂੰ ਠਹਿਰਾਇਆ ਅਤੇ ਸਭ ਕੁਝ ਖਾਣ ਪੀਣ ਨੂੰ ਦਿੱਤਾ। ਬੜਾ ਕੀਮਤੀ ਇੱਕ ਪਲੰਗ ਡੁਹਾਇਆ ਅਤੇ ਸਾਰਿਆਂ ਨੇ ਆ ਕੇ ਵੰਦਨਾ ਕੀਤੀ। ਉਹਨਾਂ ਉੱਤੇ ਇੱਕ ਸੁੰਦਰ ਚੰਦੋਆ ਤਾਣ ਦਿੱਤਾ ਜਿਸ ਨਾਲ ਜਰੀਦਾਰ ਫੁੰਮਣ ਲਟਕ ਰਹੇ ਸਨ। ਇਸ ਤਰ੍ਹਾਂ ਕਈ ਪ੍ਰਕਾਰ ਦੀ ਸੇਵਾ ਅਤੇ ਮਹਿਮਾ ਕੀਤੀ। ਉਹਨਾਂ ਦੇ ਇਸ ਕੌਤਕ ਨੂੰ ਵੇਖ ਕੇ ਸਾਰੇ ਹੈਰਾਨ ਸਨ ਅਤੇ ਕਹਿ ਰਹੇ ਸਨ, ਇਹਨਾਂ ਦੇ ਗੁਰੂ ਜੀ ਹਰ ਤਰ੍ਹਾਂ ਨਾਲ ਮਹਾਂਸਮਰੱਥ ਹਨ ਜਿਨ੍ਹਾਂ ਰਾਜੇ ਦਾ ਮੁਰਦਾ ਪੁੱਤਰ ਜੀਵਿਤ ਕਰ ਦਿੱਤਾ ਹੈ। ਕੁਝ ਦਿਨਾਂ ਬਾਅਦ ਰਾਜਾ ਸਿੱਖ ਹੋ ਗਿਆ ਅਤੇ ਬਾਅਦ ਵਿੱਚ ਸਾਰੇ ਸਿੱਖੀ ਦੇ ਪੰਥ ਵਿੱਚ ਆ ਗਏ। ਵਾਹਿਗੁਰੂ ਦਾ ਸਿਮਰਨ ਕਰਕੇ ਸੁੱਖ ਪਾਉਂਦੇ ਸਨ, ਚਿੱਤ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਸਨ। ਫਿਰ ਸਾਵਨ ਮੱਲ ਨੇ ਰਾਜੇ ਨੂੰ ਕਿਹਾ, ਸਾਡਾ ਘਰ ਬਿਆਸ ਦਰਿਆ ਦੇ ਕਿਨਾਰੇ 'ਤੇ ਹੈ, ਉੱਥੇ ਲੰਮੀਆਂ ਸ਼ਤੀਰੀਆਂ ਦੀ ਬਹੁਤ ਲੋੜ ਹੈ। ਇਸ ਲਈ ਵੱਡੀ ਗਿਣਤੀ ਵਿੱਚ ਸ਼ਤੀਰੀਆਂ ਇਕੱਠੀਆਂ ਕਰੋ। ਇਹਨਾਂ ਸ਼ਤੀਰੀਆਂ ਦੇ ਫਿਰ ਚੰਗੀ ਤਰ੍ਹਾਂ ਬੇੜੇ ਬੰਨ ਕੇ ਦਰਿਆ ਬਿਆਸ ਦੇ ਪਾਣੀ ਵਿੱਚ ਸੁੱਟ ਦੇਵੋ। ਕੁਝ ਤਾਰੂ ਮਨੁੱਖਾਂ ਨੂੰ ਨਾਲ ਭੇਜੋ ਤਾਂ ਕਿ ਹੌਲੀ ਹੌਲੀ ਤਰ ਕੇ ਵਹੀਰ ਪਾਉਣ ਭਾਵ ਚੱਲਦੇ ਜਾਣ। ਗੋਇੰਦਵਾਲ ਨਗਰ ਦੇ ਕਿਨਾਰੇ 'ਤੇ ਜਾ ਕੇ ਸਾਰੀਆਂ ਲੱਕੜਾਂ ਨੂੰ ਬਾਹਰ ਕੱਢ ਲੈਣਗੇ। ਹਰੀਪੁਰ ਦੇ ਰਾਜੇ ਨੇ ਇਸ ਤਰ੍ਹਾਂ ਸੁਣ ਕੇ ਬਹੁਤ ਆਦਮੀ ਲੱਕੜਾਂ ਕੱਟਣ ਵਾਸਤੇ ਲਾ ਦਿੱਤੇ। ਬਹੁਤ ਲੱਕੜੀ ਇਕੱਠੀ ਕਰਵਾ ਕੇ ਤਰਖਾਣਾ ਪਾਸੋਂ ਤਛਵਾ ਕੇ, ਚਰਵਾ ਕੇ ਅਤੇ ਕਢਵਾ ਕੇ ਭਾਵ ਸ਼ਤੀਰੀਆਂ ਬਣਾ ਕੇ ਤਿਆਰ ਕਰਵਾ ਲਈ। ਉਹਨਾਂ ਸ਼ਤੀਰੀਆਂ ਦੇ ਫਿਰ ਬੇੜੇ ਬੰਨ ਕੇ ਕੁਝ ਮਨੁੱਖ ਨਾਲ ਦੇ ਕੇ ਦਰਿਆ ਬਿਆਸਾਂ ਵਿੱਚ ਠੇਲ ਦਿੱਤੇ। ਵੱਡੀ ਗਿਣਤੀ ਵਿੱਚ ਲੱਕੜਾਂ ਦੇ ਬੇੜੇ ਗੋਇੰਦਵਾਲ ਆ ਪਹੁੰਚੇ। ਜਦ ਗੁਰੂ ਜੀ ਨੇ ਲੱਕੜਾਂ ਦੇ ਬੇੜਿਆਂ ਨੂੰ ਵੇਖਿਆ ਤਾਂ ਉਹਨਾਂ ਬਾਹਰ ਕਢਵਾ ਲਏ ਅਤੇ ਆਪ ਖੜ੍ਹੇ ਹੋ ਕੇ ਲੱਕੜੀ ਵੰਡ ਦਿੱਤੀ। ਜਿੰਨੀ ਜਿੰਨੀ ਕੋਈ ਲੱਕੜ ਚਾਹੁੰਦਾ ਸੀ ਓਨੀ ਓਨੀ ਉਸਨੂੰ ਦੇ ਦਿੱਤੀ ਅਤੇ ਉਹ ਲੈ ਕੇ ਆਪਣੇ ਆਪਣੇ ਥਾਂ ਚਲੇ ਗਏ। ਜਿਹੜੇ ਉਹਨਾਂ ਦੇ ਆਪਣੇ ਪਰਿਵਾਰ ਦੇ ਮਨੁੱਖ ਸਨ ਅਤੇ ਬ੍ਰਾਹਮਣਾਂ ਦੇ ਜਿਹੜੇ ਪਰਿਵਾਰ ਸਨ ਉਹਨਾਂ ਸਭ ਨੂੰ ਵੰਡ ਦਿੱਤੀ। ਖੱਤਰੀ ਕੁੱਲ ਦੀਆਂ ਜਿਹੜੀਆਂ 22 ਜਾਤਾਂ ਹਨ ਉਹਨਾਂ ਗੋਇੰਦਵਾਲ ਵਿੱਚ ਆਪਣਾ ਵਾਸਾ ਕੀਤਾ ਸੀ। ਸਾਰੀਆਂ ਜਾਤਾਂ ਦੇ ਸਿੱਖਾਂ ਨੇ ਲੱਕੜੀ ਲੈ ਕੇ ਆਪਣੇ ਘਰ ਬਣਾ ਲਏ।
ਜਿਹੜੇ ਹੋਰ ਵੀ ਕੋਈ ਉਸ ਨਗਰ ਵਿੱਚ ਵਸਣਾ ਚਾਹੁੰਦਾ ਸੀ, ਗੁਰੂ ਜੀ ਨੇ ਉਸ ਨੂੰ ਵੀ ਲੱਕੜੀ ਦੇ ਦਿੱਤੀ। ਘਰਾਂ ਦੀ ਜ਼ਮੀਨ ਵੇਖ ਕੇ ਗੁਰੂ ਜੀ ਖੜ੍ਹੇ ਹੋ ਗਏ, ਲੋੜ ਅਨੁਸਾਰ ਸਾਰਿਆਂ ਨੂੰ ਵੰਡ ਦਿੱਤੀ ਅਤੇ ਸਾਰੇ ਲੋਕ ਵੇਖ ਕੇ ਬਹੁਤ ਪ੍ਰਸੰਨ ਹੋਏ। ਜਿਹੜੀ ਜਿਹੜੀ ਜ਼ਮੀਨ ਗੁਰੂ ਜੀ ਨੇ ਉਹਨਾਂ ਨੂੰ ਦਿੱਤੀ ਸੀ, ਉਹਨਾਂ ਲੋਕਾਂ ਨੇ ਮੱਲ ਲਈ ਅਤੇ ਆਪਣੇ ਆਪਣੇ ਘਰ ਬਣਾ ਲਏ। ਉਹ ਲੋਕ ਜਿਨ੍ਹਾਂ ਦੇ ਵੱਡੇ ਭਾਗ ਸਨ, ਉਹ ਉਸ ਨਗਰ ਵਿੱਚ ਚਿੰਤਾ ਰਹਿਤ ਹੋ ਕੇ ਵਸੇ। ਸੁੰਦਰ ਨਦੀ ਬਿਆਸ ਦੇ ਕੰਢੇ, ਜਿਸ ਦਾ ਜਲ ਗੰਗਾ ਨਦੀ ਵਾਂਗ ਨਿਰਮਲ ਹੈ, ਉਸ ਜਲ ਨਾਲ ਅੰਗ ਛੂਹਣ ਨਾਲ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਮਨੁੱਖ ਪਵਿੱਤਰ ਹੋ ਜਾਂਦਾ ਹੈ। ਆਮ ਲੋਕ ਗੰਗਾ ਦੇ ਇਸ਼ਨਾਨ ਦਾ ਫਲ ਮੁਕਤੀ ਸਮਝਦੇ ਹਨ, ਪਰ ਫਿਰ ਇੱਥੇ ਇਸ਼ਨਾਨ ਕਰਨ ਵਾਲੇ ਨੂੰ ਤੁਰੰਤ ਫਲ ਮਿਲਦਾ ਹੈ ਅਤੇ ਜਿਸ ਸਰੂਪ ਨੂੰ ਧਿਆਨ ਲਾ ਲਾ ਧਿਆਉਂਦੇ ਹਨ, ਉਹ ਸ਼੍ਰੀ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਪ੍ਰਤੱਖ ਦਿਸ ਪੈਂਦਾ ਹੈ। ਗੁਰੂ ਜੀ ਦੀ ਬਾਣੀ ਬੜੀ ਸਰਲ ਅਤੇ ਸਪਸ਼ਟ ਹੈ, ਵੇਦਾਂ ਵਾਂਗ ਕਠਨ ਨਹੀਂ ਹੈ। ਸਾਰਾ ਦਿਨ ਲੰਗਰ ਚੱਲਦਾ ਹੈ ਅਤੇ ਸਾਰੀਆਂ ਜਾਤੀਆਂ ਦੇ ਲੋਕ ਭੋਜਨ ਛਕਦੇ ਹਨ। ਜਿਹੜਾ ਵਿਅਕਤੀ ਲੰਗਰ ਨਹੀਂ ਛਕਦਾ ਹੈ, ਉਹ ਗੁਰੂ ਜੀ ਦੇ ਦਰਸ਼ਨ ਨਹੀਂ ਕਰ ਸਕਦਾ। ਇਹ ਗੁਰੂ ਜੀ ਨੇ ਨੇਮ ਠਹਿਰਾਇਆ ਹੈ। ਜਿਹੜਾ ਭੋਜਨ ਪਸ਼ੂਆਂ ਪਾਸੋਂ ਵੀ ਬਚ ਜਾਏ ਤਾਂ ਉਸ ਨੂੰ ਸਾਰਾ ਬਿਆਸਾ ਨਦੀ ਵਿੱਚ ਪਾ ਦਿੰਦੇ ਹਨ ਤਾਂ ਕਿ ਜਲ ਦੇ ਜੀਵ ਵੀ ਭੋਜਨ ਪ੍ਰਾਪਤ ਕਰ ਸਕਣ। ਜਿੰਨਾ ਵੀ ਧਨ ਅਤੇ ਅਨਾਜ ਗੁਰੂ ਘਰ ਆਉਂਦਾ ਹੈ, ਰਾਤ ਨੂੰ ਸਾਰਾ ਹੀ ਖਤਮ ਕਰ ਦਿੰਦੇ ਹਨ ਅਤੇ ਅਗਲੇ ਦਿਨ ਵਾਸਤੇ ਕੁਝ ਨਹੀਂ ਬਚਾਉਂਦੇ। ਸਾਰਿਆਂ ਨੂੰ ਦਿੰਦੇ ਹਨ ਅਤੇ ਲੈਣ ਵਾਲੇ ਪ੍ਰਸੰਨ ਹੋ ਕੇ ਲੈਂਦੇ ਹਨ। ਭੋਜਨ ਪੂਰੀ ਤਰ੍ਹਾਂ ਤ੍ਰਿਪਤ ਹੋ ਕੇ ਖਾਂਦੇ ਹਨ। ਛੇਤੀ ਹੀ ਸੁੰਦਰ ਨਗਰ ਵਸ ਗਿਆ ਹੈ, ਜਿਸ ਨੂੰ ਸਤਿਗੁਰੂ ਜੀ ਨੇ ਆਪ ਵਸਾਇਆ ਹੈ। ਮਨੁੱਖ ਜਿਹੜੀ ਵੀ ਕਾਮਨਾ ਧਾਰ ਕੇ ਆਉਂਦੇ ਹਨ, ਗੁਰੂ ਜੀ ਦੇ ਦਰਸ਼ਨ ਕਰਨ ਨਾਲ ਪੂਰੀ ਹੋ ਜਾਂਦੀ ਹੈ। ਉੱਧਰ ਸਾਵਨ ਮੱਲ ਦੀ ਵੀ ਕੁਝ ਕਥਾ ਬਾਕੀ ਹੈ। ਹੇ ਸਰੋਤਾਗਣ, ਗੁਰੂ ਜੀ ਦਾ ਸ੍ਰੇਸ਼ਟ ਜਸ ਸੁਣੋ। ਭਾਈ ਸਾਵਨ ਮੱਲ ਨੇ ਹਰੀਪੁਰ ਵਿੱਚ ਬੜੇ ਅਦਬ ਨਾਲ ਆਪਣਾ ਵਾਸਾ ਕਰ ਲਿਆ, ਜਿੱਥੇ ਉਸ ਦੀ ਬਹੁਤ ਵੱਡੀ ਮਾਨਤਾ ਹੁੰਦੀ ਸੀ। ਜਦ ਰਾਜਾ ਹੀ ਉਸ ਦੇ ਚਰਨ ਧੋਂਦਾ ਸੀ ਤਾਂ ਹੋਰਨਾਂ ਦੀ ਗਿਣਤੀ ਕੀ ਕੀਤੀ ਜਾਵੇ। ਲੋਕਾਂ ਦੇ ਸਮੂਹ ਮਿਲ ਮਿਲ ਕੇ ਵੰਦਨਾ ਕਰਦੇ ਸਨ, ਹੱਥ ਜੋੜ ਕੇ ਬਹੁਤ ਪ੍ਰੇਮ ਕਰਦੇ ਸਨ। ਜੋ ਵੀ ਕਾਮਨਾ ਧਾਰਨ ਕਰਕੇ ਆ ਕੇ ਮੰਗਦੇ ਸਨ, ਉਸ ਕਾਮਨਾ ਨੂੰ ਰੁਮਾਲ ਨਾਲ ਪੂਰੀ ਕਰ ਦਿੰਦੇ ਸਨ। ਕਈ ਪੁੱਤਰ ਅਤੇ ਧਨ ਦੀ ਕਾਮਨਾ ਕਰਦੇ ਸਨ ਅਤੇ ਕਈ ਸਰੀਰ ਦੀ ਅਰੋਗਤਾ ਦੀ ਕਾਮਨਾ ਕਰਦੇ ਸਨ। ਇਹੋ ਜਿਹੀਆਂ ਕਈ ਹੋਰ ਕਾਮਨਾਵਾਂ ਵੀ ਪੂਰੀਆਂ ਕਰਦੇ ਸਨ ਜਦ ਪੂਰੀਆਂ ਹੋ ਜਾਂਦੀਆਂ ਸਨ ਤਾਂ ਬਹੁਤ ਪ੍ਰਸੰਨ ਹੋ ਜਾਂਦੇ ਸਨ। ਕਈ ਪ੍ਰਕਾਰ ਦੇ ਨਜ਼ਰਾਨੇ ਉਹਨਾਂ ਦੇ ਚਰਨਾਂ 'ਤੇ ਅਰਪਣ ਕਰਦੇ ਸਨ ਅਤੇ ਸਾਰੇ ਦੇਸ਼ ਦੇ ਲੋਕ ਜਸ ਉਚਾਰਨ ਕਰਦੇ ਸਨ। ਸਾਵਨ ਮੱਲ ਦੀ ਆਪਣੀ ਸਿੱਖੀ ਫੈਲੀ ਹੋਈ ਸੀ। ਲੋਕ ਘਰਾਂ ਬਾਤਾਂ ਵੇਖ ਵੇਖ ਕੇ ਹੈਰਾਨ ਹੁੰਦੇ ਸਨ। ਰਾਜਾ ਰਾਣੀ ਡਰਦੇ ਹੋਏ ਨਿਤ ਆਗਿਆ ਅਨੁਸਾਰ ਸੇਵਾ ਕਰਦੇ ਸਨ। ਬਹੁਤ ਮਹਿੰਗੇ ਕੱਪੜੇ ਮੰਗਵਾ ਕੇ ਸੁੰਦਰ ਪੁਸ਼ਾਕੇ ਤਿਆਰ ਕਰਵਾਉਂਦੇ ਸਨ। ਭੋਜਨ ਵਿੱਚ ਕਈ ਪ੍ਰਕਾਰ ਦੇ ਮੇਵੇ ਮੰਗਵਾ ਕੇ ਬੜਾ ਸ਼ੁਭ ਅਤੇ ਸਵਾਦੀ ਭੋਜਨ ਦਿੰਦੇ ਸਨ। ਸੇਵਕ ਸੇਵਾ ਵਾਸਤੇ ਹਰ ਵੇਲੇ ਪਾਸ ਖੜ੍ਹੇ ਰਹਿੰਦੇ ਸਨ ਤਾਂ ਕਿ ਜਦ ਵੀ ਹੁਕਮ ਕਰਨ ਤਾਂ ਤੁਰੰਤ ਉਸ ਦੀ ਪਾਲਣਾ ਕਰ ਸਕਣ। ਇਸ ਤਰ੍ਹਾਂ ਜਦ ਬਹੁਤ ਉੱਚੀ ਪਦਵੀ 'ਤੇ ਪਹੁੰਚ ਗਏ ਤਾਂ ਚਿੱਤ ਵਿੱਚ ਇਸ ਤਰ੍ਹਾਂ ਸੋਚਣ ਲੱਗਾ, ਗੁਰੂ ਜੀ ਦਾ ਸਾਰਾ ਕੰਮ ਸੰਵਰ ਗਿਆ ਹੈ, ਬਹੁਤ ਲੱਕੜੀ ਮੈਂ ਭੇਜ ਦਿੱਤੀ ਹੈ, ਨਗਰ ਦੇ ਸਾਰੇ ਘਰ ਤਿਆਰ ਹੋ ਜਾਣਗੇ, ਬਾਅਦ ਵਿੱਚ ਕੁਝ ਬਾਕੀ ਰਹਿ ਜਾਣਗੇ। ਹੁਣ ਮੇਰੇ ਵਾਸਤੇ ਇਹ ਉਚਿਤ ਹੈ ਕਿ ਗੋਇੰਦਵਾਲ ਨੂੰ ਚੱਲਾਂ ਅਤੇ ਸਤਿਗੁਰ ਦੇ ਚਰਨ ਕਮਲਾਂ ਦੇ ਦਰਸ਼ਨ ਕਰਾਂ। ਤਾਂ ਵੀ ਉੱਥੇ ਜਾਣ ਵਿੱਚ ਇੱਕ ਚਿੰਤਾ ਹੈ ਕਿ ਇਸ ਰੁਮਾਲ ਕਰਕੇ ਹੀ ਮੈਂ ਘਰਾਂ ਮਾਤੀ ਹਾਂ। ਜੇ ਮੈਂ ਗੁਰੂ ਜੀ ਪਾਸ ਜਾਵਾਂਗਾ ਤਾਂ ਉਹ ਰੁਮਾਲ ਲੈ ਲੈਣਗੇ, ਕਿਉਂਕਿ ਉਹ ਸਮਝਣਗੇ ਕਿ ਜਿਸ ਕੰਮ ਵਾਸਤੇ ਇਹ ਦਿੱਤਾ ਸੀ ਉਹ ਕੰਮ ਪੂਰਾ ਹੋ ਗਿਆ ਹੈ। ਮੈਂ ਫਿਰ ਸ਼ਕਤੀਹੀਨ ਹੋ ਜਾਵਾਂਗਾ
ਫਿਰ ਬਾਅਦ ਵਿੱਚ ਕੋਈ ਵੀ ਮੇਰਾ ਇੱਜ਼ਤ ਮਾਣ ਨਹੀਂ ਕਰੇਗਾ। ਗੁਰੂ ਜੀ ਦੀ ਵਡਿਆਈ ਪ੍ਰਗਟ ਹੋਵੇਗੀ ਅਤੇ ਮੈਂ ਆਮ ਲੋਕਾਂ ਵਰਗਾ ਹੋ ਜਾਵਾਂਗਾ। ਇੱਥੇ ਰਹਿਣ ਨਾਲ ਹੀ ਗੱਲ ਬਣਦੀ ਹੈ। ਮੈਨੂੰ ਵੇਖ ਕੇ ਲੋਕ ਬਹੁਤ ਪੂਜਾ ਕਰਦੇ ਹਨ। ਰਾਜੇ ਤੋਂ ਲੈ ਕੇ ਆਮ ਲੋਕਾਂ ਤੱਕ ਸਾਰੇ ਮੇਰੀ ਬਹੁਤ ਸੇਵਾ ਕਰਦੇ ਹਨ ਅਤੇ ਮੈਨੂੰ ਅਨੇਕ ਪ੍ਰਕਾਰ ਦੇ ਨਜ਼ਰਾਨੇ ਭੇਟ ਕਰਦੇ ਹਨ। ਗੋਇੰਦਵਾਲ ਜਾ ਕੇ ਮੈਨੂੰ ਕੀ ਮਿਲਣਾ ਹੈ? ਇਸ ਥਾਂ ਹੀ ਗੁਰੂ ਬਣ ਕੇ ਰਹਿੰਦਾ ਹਾਂ। ਜੋ ਕੁਝ ਵੀ ਚਾਹੁੰਦਾ ਹਾਂ ਕਰਾਮਾਤ ਕਾਰਨ ਪ੍ਰਾਪਤ ਕਰ ਲੈਂਦਾ ਹਾਂ ਅਤੇ ਮੇਰੀ ਕੀਰਤੀ ਸਾਰੇ ਜਹਾਨ ਵਿੱਚ ਮਸ਼ਹੂਰ ਹੋਈ ਹੈ। ਇਸ ਤਰ੍ਹਾਂ ਚਿੱਤ ਵਿੱਚ ਦ੍ਰਿੜ ਕਰਕੇ ਉੱਥੇ ਹੀ ਠਹਿਰ ਗਿਆ। ਮੈਂ ਹੁਣ ਗੋਇੰਦਵਾਲ ਨਹੀਂ ਜਾਵਾਂਗਾ। ਉੱਥੇ ਰਹਿੰਦਿਆਂ ਜਦ ਕਈ ਮਹੀਨੇ ਬੀਤ ਗਏ ਤਾਂ ਵੱਡੇ ਅੰਤਰਜਾਮੀ ਗੁਰੂ ਜੀ ਜਾਣ ਗਏ ਕਿ ਉਹ ਵਿਕਾਰਾਂ ਵੱਲ ਹੋ ਗਿਆ ਹੈ। ਉਹਨਾਂ ਉਸੇ ਵੇਲੇ ਉਸਨੂੰ ਇੱਕ ਹੁਕਮਨਾਮਾ ਭੇਜਿਆ। ਹੁਕਮਨਾਮਾ ਪੜ੍ਹ ਕੇ ਝੂਠਾ ਬਹਾਨਾ ਲਿਖ ਦਿੱਤਾ, ਮੈਨੂੰ ਰਾਜਾ ਨਹੀਂ ਆਉਣ ਦਿੰਦਾ ਹੈ, ਕੁਝ ਦਿਨਾਂ ਬਾਅਦ ਮੈਂ ਆਪ ਜੀ ਦੇ ਦਰਸ਼ਨ ਕਰਾਂਗਾ। ਸਤਿਗੁਰੂ ਜੀ ਨੇ ਜਦ ਜਾਣਿਆ ਕਿ ਬਹਾਨਾ ਕੀਤਾ ਹੈ ਤਾਂ ਉਹਨਾਂ ਆਦੇਸ਼ ਦਿੱਤਾ, ਹੇ ਕਰਾਮਾਤੀ ਰੁਮਾਲ, ਸਾਨੂੰ ਤੂੰ ਗੋਇੰਦਵਾਲ ਚਾਹੀਦਾ ਹੈ, ਇਸ ਲਈ ਫੌਰਨ ਚੱਲ ਕੇ ਆ ਜਾਵੋ। ਗੁਰੂ ਜੀ ਦੇ ਚਿਤਾਰਦਿਆਂ ਹੀ ਰੁਮਾਲ ਗੁਰੂ ਜੀ ਪਾਸ ਪਹੁੰਚ ਗਿਆ ਅਤੇ ਸਾਵਨ ਮੱਲ ਖਾਲੀ ਰਹਿ ਗਿਆ। ਗੁਰੂ ਜੀ ਦੀ ਗਤੀ ਵੇਖ ਕੇ ਬਹੁਤ ਦੁਖੀ ਹੋਇਆ, ਸੋਚਿਆ ਆਗਿਆ ਭੰਗ ਕਰਕੇ ਮੈਂ ਵੱਡਾ ਕੁਕਰਮ ਕਮਾਇਆ ਹੈ। ਦੋ ਚਾਰ ਦਿਨ ਅਜਿਹੀ ਭੈੜੀ ਦਸ਼ਾ ਵਿੱਚ ਬੀਤੇ, ਫਿਰ ਮਨ ਵਿੱਚ ਇਸ ਤਰ੍ਹਾਂ ਸਮਝਿਆ, ਰਾਜਾ ਰਾਣੀ ਵਜ਼ੀਰ ਪ੍ਰਜਾ ਆਦਿ ਸਭ ਛੱਡ ਕੇ ਹੁਣ ਮੈਂ ਚੱਲ ਕੇ ਗੁਰੂ ਜੀ ਦੇ ਚਰਨਾਂ 'ਤੇ ਜਾ ਡਿੱਗਦਾ ਹਾਂ, ਸਾਰੀ ਭੁੱਲ ਬਖਸ਼ਾਉਂਦਾ ਹਾਂ ਅਤੇ ਮਨ ਵਿੱਚ ਕੁਝ ਨਹੀਂ ਲਿਆਉਂਦਾ ਹਾਂ। ਸਾਰੀ ਸੰਗਤ ਦੇ ਜੁੜਿਆਂ ਚਰਨਾਂ 'ਤੇ ਮੱਥਾ ਟੇਕਾਂਗਾ ਅਤੇ ਸਥਿਰ ਹੋ ਕੇ ਬੇਨਤੀ ਕਰਾਂਗਾ। ਵੱਡਿਆਂ ਦੇ ਅਗਨੀ ਰੂਪੀ ਗੁੱਸੇ ਨੂੰ ਬੇਨਤੀ ਰੂਪ ਪਾਣੀ ਨਾਲ ਠੰਡਾ ਕਰਾਂਗਾ। ਸ਼ਾਂਤੀ ਕਿਸੇ ਹੋਰ ਉਪਾਅ ਨਾਲ ਪ੍ਰਾਪਤ ਨਹੀਂ ਹੋਣੀ। ਜੇ ਕੋਈ ਵਲ ਛਲ ਕਰਾਂਗਾ ਤਾਂ ਮਨ ਨੂੰ ਅੱਗ ਉੱਤੇ ਘਿਓ ਪਾਉਣ ਬਰਾਬਰ ਹੋਵੇਗਾ। ਇਹ ਮਤ ਦ੍ਰਿੜ ਕਰਕੇ ਰਾਜੇ ਨੂੰ ਕਿਹਾ, ਸਾਡੇ ਵੱਡੇ ਗੋਇੰਦਵਾਲ ਪ੍ਰਗਟ ਹਨ, ਉਹਨਾਂ ਦੀ ਕਿਰਪਾ ਪਾ ਕੇ ਮੈਂ ਇੱਥੇ ਆ ਕੇ ਵਸਿਆ ਸੀ ਅਤੇ ਸਭ ਨੂੰ ਸੁੱਖਾਂ ਦੀ ਦਾਤ ਦਿੱਤੀ ਹੈ। ਹੁਣ ਮੈਂ ਉਹਨਾਂ ਦੇ ਦਰਸ਼ਨ ਕਰਨ ਚੱਲਿਆ ਹਾਂ, ਤੁਸੀਂ ਵੀ ਚੱਲੋ ਅਤੇ ਉਹਨਾਂ ਦੇ ਚਰਨ ਕਮਲ ਪਰਸੋ। ਉਹਨਾਂ ਦਾ ਮੇਲ ਅਤ ਪਵਿੱਤਰ ਹੈ, ਜਿਸ ਕਾਰਨ ਲੋਕ ਪ੍ਰਲੋਕ ਭਲਾ ਹੋ ਜਾਂਦਾ ਹੈ। ਉੱਤਮ ਨਜ਼ਰਾਨੇ ਲੈ ਲਵੋ ਅਤੇ ਗੁਰੂ ਜੀ ਨੂੰ ਪ੍ਰਸੰਨ ਕਰਕੇ ਸੁੱਖ ਪ੍ਰਾਪਤ ਕਰੋ। ਸਾਰੀਆਂ ਰਾਣੀਆਂ, ਅਮੀਰ, ਵਜ਼ੀਰ ਅਤੇ ਸੈਨਾ, ਪ੍ਰਜਾ ਆਦਿ ਸਭ ਨੂੰ ਨਾਲ ਲੈ ਲਵੋ। ਰਾਜੇ ਨੇ ਹੱਥ ਜੋੜ ਕੇ ਸਾਵਨ ਮੱਲ ਦੀ ਗੱਲ ਮੰਨ ਲਈ ਅਤੇ ਸਾਰਿਆਂ ਨੂੰ ਨਾਲ ਲੈ ਕੇ ਜਾਣ ਨੂੰ ਤਿਆਰ ਹੋ ਗਿਆ। ਸਾਵਨ ਮੱਲ ਵਾਸਤੇ ਪਾਲਕੀ ਲਿਆਂਦੀ ਅਤੇ ਹਾਥੀਆਂ ਘੋੜਿਆਂ 'ਤੇ ਨਵੇਂ ਸਾਜ਼ ਕੱਸ ਲਏ। ਮਹਾਰਾਣੀ ਅਤੇ ਹੋਰ ਰਾਣੀਆਂ ਡੋਲਿਆਂ ਵਿੱਚ ਬੈਠ ਗਈਆਂ ਅਤੇ ਚੱਲ ਕੇ ਬਹੁਤ ਪ੍ਰਸੰਨ ਹੋਈਆਂ। ਸਾਰਿਆਂ ਦੇ ਮਨ ਵਿੱਚ ਬੜਾ ਉਮਾਹ ਸੀ, ਨਿਪੁੰਨ ਗੁਰੂ ਦੇ ਦਰਸ਼ਨ ਕਰਾਂਗੇ। ਹੌਲੀ ਹੌਲੀ ਚੱਲਦੇ ਸਾਰਾ ਪੈਂਡਾ ਮੁਕਾ ਲਿਆ ਅਤੇ ਗੋਇੰਦਵਾਲ ਨਗਰੀ ਵੱਲ ਆ ਗਏ। ਪਿਆਸਾ ਨਦੀ ਦੇ ਕਿਨਾਰੇ ਉਤਾਰਾ ਕੀਤਾ। ਉਹਨਾਂ ਵਿੱਚ ਰਾਜਾ, ਮਹਾਰਾਣੀ ਅਤੇ ਸੈਨਾ ਆਦਿ ਵੀ ਨਾਲ ਸੀ। ਧੀਰਜ ਦਿਲਾਸਾ ਦੇ ਕੇ ਫਿਰ ਸਾਵਨ ਮੱਲ ਨੇ ਨਗਰੀ ਵਿੱਚ ਪ੍ਰਵੇਸ਼ ਕੀਤਾ। ਆਪਣੇ ਸਿੱਖ ਸਾਥੀਆਂ ਨੂੰ ਮਿਲਿਆ ਅਤੇ ਸਾਰੀ ਸੰਗਤ ਦੀ ਕੁਸ਼ਲਤਾ ਪੁੱਛ ਕੇ ਬਹੁਤ ਖੁਸ਼ ਹੋਇਆ। ਫਿਰ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਕੁਝ ਸ਼ਰਮਿੰਦਾ ਹੋਇਆ ਉਹਨਾਂ ਦੇ ਪਾਸ ਚਲਾ ਗਿਆ। ਗੁਰੂ ਜੀ ਦੇ ਚਰਨ ਕਮਲਾਂ 'ਤੇ ਸਿਰ ਧਰ ਕੇ ਵੰਦਨਾ ਕਰਨ ਨਾਲ ਦਿਲ ਵਿੱਚ ਪ੍ਰੇਮ ਦਾ ਪ੍ਰਕਾਸ਼ ਹੋਇਆ। ਮੈਂ ਆਪ ਜੀ ਦਾ ਸਿੱਖ ਅਤੇ ਪੁੱਤਰ ਬਰਾਬਰ ਸੇਵਕ ਹਾਂ। ਸਦਾ ਹੀ ਹਿਰਦੇ ਵਿੱਚ ਇੱਕ ਆਸ ਰਹਿੰਦੀ ਹੈ, ਛੋਟੇ ਵਿਗਾੜਦੇ ਹਨ, ਵੱਡੇ ਸੁਧਾਰ ਦਿੰਦੇ ਹਨ। ਮੈਨੂੰ ਆਪਣਾ ਜਾਣ ਕੇ ਮਾਫ਼ ਕਰੋ। ਸਿੱਖਿਆ ਦੇ ਕੇ ਪੁੱਤਰ ਨੂੰ ਦਿਲਾਸਾ ਦੇਵੋ। ਮੇਰਾ ਕੋਈ ਵੀ ਔਗਣ ਆਪਣੇ ਮਨ ਵਿੱਚ ਨਾ ਧਾਰਨ ਕਰੋ। ਸਿੱਖ ਸੇਵਕ ਅਤੇ ਪੁੱਤਰ ਕੁਝ ਵਿੱਚ ਖੋਟ ਵੇਖ ਕੇ ਵੱਡਿਆਂ ਵਿੱਚ ਲਾਜ ਪੈਦਾ ਹੁੰਦੀ ਹੈ, ਪਰ ਆਪਣਾ ਧਰਮ ਜਾਣ ਕੇ ਬਖਸ਼ ਦਿੰਦੇ ਹਨ।
ਤੁਸੀਂ ਜਿਹੜੇ ਹਰ ਪ੍ਰਕਾਰ ਅੰਤਰਜਾਮੀ ਹੋ, ਮੈਂ ਹੋਰ ਕੀ ਕਹਾਂ, ਤੁਸੀਂ ਸਭ ਜਾਣਦੇ ਹੋ। ਇਹ ਕਹਿ ਕੇ ਦੋਵੇਂ ਹੱਥ ਜੋੜ ਕੇ ਖੜਾ ਰਿਹਾ। ਕਿਰਪਾ ਦੇ ਸਾਗਰ ਸਤਿਗੁਰੂ ਜੀ ਵੇਖ ਕੇ ਮੁਸਕਰਾਏ ਅਤੇ ਕਿਰਪਾ ਕਰਕੇ ਬੋਲੇ, ਮੇਰੇ ਜਿਹੜੇ ਸਿੱਖ ਸੇਵਕ ਅਤੇ ਪੁੱਤਰ ਹਨ, ਮੈਂ ਉਹਨਾਂ ਦਾ ਕਲਿਆਣ ਕਰਨਾ ਚਾਹੁੰਦਾ ਹਾਂ। ਤੇਰੇ ਮਨ ਵਿੱਚ ਹੰਕਾਰ ਦਾ ਰੋਗ ਵੱਧ ਗਿਆ ਸੀ, ਉਸ ਰੋਗ ਨੂੰ ਦੂਰ ਕਰਨ ਹਿੱਤ ਮੈਨੂੰ ਇਸ ਤਰ੍ਹਾਂ ਕਰਨਾ ਪਿਆ ਹੈ। ਚਿੱਤ ਵਿੱਚ ਚਿੰਤਾ ਕਰਕੇ ਰੁਮਾਲ ਵਾਪਸ ਲੈ ਲਿਆ ਹੈ, ਪਰ ਹੁਣ ਵੀ ਤੈਨੂੰ ਬਹੁਤ ਕੁਝ ਦਾਨ ਦੇਵਾਂਗਾ। ਦੇਸ਼ ਹਰੀਪੁਰ ਰਾਜੇ ਸਮੇਤ ਸਾਰੀ ਸੰਗਤ ਤੈਨੂੰ ਦੇ ਦਿੱਤੀ ਹੈ। ਗੁਰੂ ਬਣ ਕੇ ਸੁੱਖ ਭੋਗੋ। ਮੇਰੀ ਦਾਤ ਕਦੇ ਵੀ ਘਟੇਗੀ ਨਹੀਂ। ਕੁਸ਼ਲ ਪ੍ਰਸੰਨ ਰਹੋ ਅਤੇ ਸਭ ਕੁਝ ਪਾਵੋ, ਫਿਰ ਪ੍ਰਲੋਕ ਵਿੱਚ ਵੀ ਮੈਂ ਤੈਨੂੰ ਆਪਣੇ ਨੇੜੇ ਕਰ ਲਿਆ ਹੈ। ਨਿਰਭੈ ਹੋ ਕੇ ਫਿਰੋ, ਸਭ ਭੂਤ ਪ੍ਰੇਤ ਅਤੇ ਡੈਣਾ ਆਦਿ ਸਭ ਤੇਰੇ ਅਧੀਨ ਰਹਿਣਗੇ। ਜੇ ਸ਼ਕਤੀ ਯੁਕਤ ਵੀ ਆਪਣੀ ਸ਼ਕਤੀ ਨੂੰ ਗੁਪਤ ਰੱਖੇਗਾ ਤਾਂ ਮੇਰੀਆਂ ਸਭ ਬਖਸ਼ਿਸ਼ਾਂ ਤੇਰੇ ਪਾਸ ਆ ਜਾਣਗੀਆਂ। ਜਿਵੇਂ ਚਿੱਤ ਵਿੱਚ ਚਾਹੋ ਉਹਨਾਂ ਪਾਸੋਂ ਸੇਵਾ ਕਰਾਵੋ। ਤੇਰੀ ਆਗਿਆ ਨੂੰ ਕੋਈ ਮਿਟਾ ਨਹੀਂ ਸਕੇਗਾ। ਸਾਰੇ ਦਿਨ ਰਾਤ ਤੇਰੀ ਸੇਵਾ ਕਰਨਗੇ। ਮੇਰੀ ਸੇਵਾ ਕਰਨ ਕਰਕੇ ਤੂੰ ਇਹ ਫਲ ਪ੍ਰਾਪਤ ਕੀਤਾ ਹੈ। ਗੁਰੂ ਬਣ ਕੇ ਸਭ ਪਾਸੋਂ ਚਰਨਾਂ ਦੀ ਪੂਜਾ ਕਰਾਵੋ ਅਤੇ ਹੋਰ ਕੋਈ ਸ਼ੰਕਾ ਮਨ ਵਿੱਚ ਨਾ ਲਿਆਵੋ। ਮੇਰੇ ਰੁਮਾਲ ਵਿੱਚ ਸਭ ਸਿੱਧੀਆਂ ਭਰੀਆਂ ਹਨ। ਤੇਰਾ ਮਨ ਉਹਨਾਂ ਸਿੱਧੀਆਂ ਵਿੱਚ ਹੀ ਮਗਨ ਹੋ ਗਿਆ। ਉਹਨਾਂ ਕਰਕੇ ਤੇਰੇ ਮਨ ਵਿੱਚ ਹੰਕਾਰ ਆ ਗਿਆ ਅਤੇ ਭਗਤੀ ਮਾਰਗ ਨੂੰ ਭੁੱਲ ਗਿਆ। ਇਸ ਕਾਰਨ ਪ੍ਰਲੋਕ ਦੀ ਗਤੀ ਵਿਗੜ ਜਾਣੀ ਸੀ। ਇਸ ਕਰਕੇ ਮੈਂ ਸਾਰੀਆਂ ਸ਼ਕਤੀਆਂ ਵਾਪਸ ਲੈ ਲਈਆਂ। ਮੈਂ ਹਰ ਤਰ੍ਹਾਂ ਨਾਲ ਤੇਰੀ ਰੱਖਿਆ ਕੀਤੀ ਹੈ। ਹੁਣ ਸਦਾ ਹੀ ਸਤਨਾਮ ਦਾ ਸਿਮਰਨ ਕਰੋ। ਇਸ ਤਰ੍ਹਾਂ ਆਪਣਾ ਜਾਣ ਕੇ ਭਾਈ ਸਾਵਨ ਮੱਲ ਨੂੰ ਦੋਹਾਂ ਲੋਕਾਂ ਦਾ ਸੁੱਖ ਬਖਸ਼ਿਆ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਹਨ, ਜਿਨ੍ਹਾਂ ਦਾ ਸਿਮਰਨ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਪਹਿਲੀ ਰਾਸ ਦਾ 32ਵਾਂ ਅਧਿਆਇ ਸਮਾਪਤ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।